ਸੰਗਤ ਜੀ ਸਭ ਤੋਂ ਪਹਿਲਾਂ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਇਸ ਘਟਨਾ ਬਾਰੇ ਤੁਸੀਂ ਵੀਡੀਓ ਦੇ ਆਖਿਰ ਤੱਕ ਬਣੇ ਰਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਨਾਲ ਹੀ ਚੈਨਲ ਨੂੰ ਹੋਰ ਵੀਡੀਓਜ਼ ਦੇ ਲਈ ਸਬਸਕ੍ਰਾਈਬ ਕਰ ਲਵੋ ਇਹ ਘਟਨਾ ਕਪੂਰਥਲਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਦੇ ਨਾਲ ਵਾਪਰੀ ਸੀ ਜਿਸ ਨੂੰ ਸੁਰਿੰਦਰ ਸਿੰਘ ਕਿਤਾਬ ਦੇ ਵਿੱਚ ਵੀ ਛਾਪਿਆ ਸੀ ਇਸ ਘਟਨਾ ਦਾ ਅੰਤ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ। ਸੁਰਿੰਦਰ ਸਿੰਘ ਦੱਸਦਾ ਹੈ ਕਿ ਮੇਰੀ ਉਮਰ ਕਰੀਬ 65 ਸਾਲ ਦੀ ਹੈ ਅਤੇ ਮੇਰੀ ਘਰਵਾਲੀ ਦੀ ਉਮਰ ਕਰੀਬ 60 ਸਾਲ ਦੀ ਹੈ। ਸਾਡਾ ਇੱਕੋ ਇੱਕ ਪੁੱਤਰ ਹੈ ਜਿਹੜਾ ਕਿ ਰੇਲਵੇ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਤੇ ਅਸੀਂ ਹੁਣ ਘਰ ਦੇ ਵਿੱਚ ਦੋਨੇ ਜੀ ਇਕੱਲੇ ਹੀ ਰਹਿੰਦੇ ਹਾਂ। ਸੁਰਿੰਦਰ ਸਿੰਘ ਦੱਸਦਾ ਹੈ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਸਿੱਖੇ ਦੇ ਨਾਲ ਜੁੜਿਆ ਹੋਇਆ ਹੈ। ਟੀਵੀ ਦੇ ਜਿੱਥੇ ਸਾਡੇ ਘਰ ਸਾਰਾ ਦਿਨ ਗੁਰਬਾਣੀ ਹੀ ਚੱਲਦੀ ਰਹਿੰਦੀ ਹੈ ਕੁਝ ਸਮੇਂ ਪਹਿਲਾਂ ਦੀ ਗੱਲ ਹੈ ਕਿ ਸਾਡੇ ਘਰ ਦੇ ਕੋਲ ਇੱਕ ਬਾਬਿਆਂ ਵਾਲਿਆਂ ਦਾ ਗੁਰਦੁਆਰਾ ਹੈ ਜਿੱਥੇ ਦੀ ਸੰਗਤ ਨੇ ਸ੍ਰੀ ਹੇਮਕੁੰਡ ਸਾਹਿਬ ਜਾਣ ਦਾ ਪ੍ਰੋਗਰਾਮ ਬਣਵਾਇਆ ਸੀ ਤਾਂ ਅਸੀਂ ਵੀ ਸੰਗਤ ਦੇ ਨਾਲ ਸ੍ਰੀ ਹੇਮਕੁੰਡ ਸਾਹਿਬ ਜਾਣ ਦੇ ਲਈ ਤਿਆਰ ਹੋ ਗਏ ਜਦੋਂ ਅਸੀਂ ਸ੍ਰੀ ਹੇਮਕੁੰਡ ਸਾਹਿਬ ਪਹੁੰਚੇ ਬਾਕੀ ਦੀ ਸੰਗਤ ਵਾਂਗ ਹੀ ਅਸੀਂ ਵੀ ਹੱਥਾਂ ਦੇ ਵਿੱਚ ਸੋਟੀਆਂ ਫੜ ਕੇ ਚੜਾਈ ਚੜ੍ਹਨੇ ਸ਼ੁਰੂ ਕਰ ਦਿੱਤੇ ਮੇਰੀ ਪਤਨੀ ਦੀ ਸਿਹਤ ਪਹਿਲਾਂ ਤੋਂ ਹੀ ਠੀਕ ਨਹੀਂ ਰਹਿੰਦੀ ਸੀ ਤੇ ਥੋੜੀ ਜਿਹੀ ਚੜਾਈ ਚੜਨ ਤੋਂ ਬਾਅਦ ਉਹ ਬੁਰੀ ਤਰ੍ਹਾਂ ਥੱਕ ਗਈ ਤੇ ਇੱਕ ਪੱਥਰ ਦਾ ਸਹਾਰਾ ਲੈ ਕੇ ਉੱਥੇ ਹੀ ਬੈਠ ਗਈ ਪਤਨੀ ਦੀ ਹਾਲਤ ਨੂੰ ਦੇਖ ਕੇ ਮੈਂ ਬਹੁਤ ਹੀ ਘਬਰਾ ਗਿਆ ਕਿਉਂਕਿ ਉਹ ਅਚਾਨਕ ਹੀ ਮੈਨੂੰ ਕਹਿਣ ਲੱਗੀ ਇਸ ਤਹੌਰ ਉੱਪਰ ਮੈਂ ਨਹੀਂ ਜਾ ਸਕਦੀ ਕਿਉਂਕਿ ਮੇਰਾ ਅੰਤਿਮ ਸਮੇਂ ਆ ਚੁੱਕਿਆ ਹੈ ਪਰ ਐਨੇ ਦੇਰ ਚ ਹੀ ਉਥੇ ਇੱਕ 25-26 ਸਾਲ ਦਾ ਨੌਜਵਾਨ ਆਉਂਦਾ ਹੈ ਜਿਸ ਨੇ ਸਿਰ ਦੇ ਉੱਤੇ ਬੜੀ ਸੋਹਣੀ ਹੀ ਦਸਤਾਰ ਸਜਾਈ ਹੋਈ ਸੀ ਉਸ ਬਜ਼ੁਰਗ ਨੇ ਆਂਦਿਆਂ ਹੀ ਮੇਰੀ ਬਜ਼ੁਰਗ ਪਤਨੀ ਦੇ ਸਿਰ ਤੇ ਹੱਥ ਫੇਰਿਆ ਤੇ ਨਾਲ ਹੀ ਕਹਿਣ ਲੱਗਿਆ ਕਿ ਚੱਲ ਮਾਤਾ ਐਵੇਂ ਹਿੰਮਤ ਨਾ ਹਾਰ ਉੱਪਰ ਸੱਚੇ ਪਾਤਸ਼ਾਹ ਵਾਹਿਗੁਰੂ ਤੇਰਾ ਇੰਤਜ਼ਾਰ ਕਰ ਰਹੇ ਹਨ ਮੇਰੀ ਪਤਨੀ ਮੈਨੂੰ ਦੱਸਦੀ ਹੈ ਕਿ ਉਸ ਨੌਜਵਾਨ ਦੇ ਮੇਰੇ ਸਿਰ ਤੇ ਹੱਥ ਲਾਉਂਦਿਆਂ ਹੀ ਮੇਰੇ ਸਰੀਰ ਦੇ ਵਿੱਚ ਜਾਨ ਆ ਗਈ ਸੀ ਉਸ ਨੌਜਵਾਨ ਦੇ ਸਹਾਰੇ ਦੇ ਨਾਲ ਅਸੀਂ ਦੁਬਾਰੇ ਤੋਂ ਹੰਬੜਾ ਮਾਰਿਆ ਤੇ ਫਿਰ ਤੋਂ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ ਰਾਸਤੇ 'ਚ ਚਲਦੇ-ਚਲਦੇ ਮੈਂ ਉਸ ਨੌਜਵਾਨ ਨੂੰ ਪੁੱਛਿਆ ਕਿ ਪੁੱਤਰ ਤੇਰਾ ਨਾਮ ਕੀ ਹੈ ਤੇ ਤੂੰ ਕਿੱਥੋਂ ਆਇਆ ਹੈ ਕਾਉਂਸਲ ਲੜਕੇ ਨੇ ਮੈਨੂੰ ਜਵਾਬ ਦਿੱਤਾ ਕਿ ਮੇਰਾ ਨਾਮ ਗੁਰਸੇਵਕ ਸਿੰਘ ਹੈ ਤੇ ਮੈਂ ਮਹਾਰਾਸ਼ਟਰਾ ਤੋਂ ਆਇਆ ਹਾਂ ਸਾਰੇ ਰਸਤੇ ਉਹ ਨੌਜਵਾਨ ਸਾਡੇ ਨਾਲ ਨਾਲ ਹੀ ਚੱਲਦਾ ਰਿਹਾ ਤੇ ਹਰ ਥਾਂ ਸਾਡਾ ਸਾਥ ਵੀ ਦਿੱਤਾ ਇਥੋਂ ਤੱਕ ਕਿ ਇਸ਼ਨਾਨ ਕਰਦੇ ਸਮੇਂ ਵੀ ਸਰੋਵਰ ਦੇ ਕੰਢੇ ਸਾਡੇ ਕੱਪੜਿਆਂ ਦੀ ਨਿਗਰਾਨੀ, ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਉਣਾ ਤੇ ਸਾਡੇ ਵਾਸਤੇ ਲੰਗਰ ਲੈ ਕੇ ਆਉਣਾ ਹਰ ਇੱਕ ਕੰਮ ਦੇ ਵਿੱਚ ਸਾਡੀ ਬਹੁਤ ਸੇਵਾ ਕੀਤੀ। ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਰਹੇ ਹਾਂ ਤਾਂ ਉਸ ਨੌਜਵਾਨ ਨੇ ਸਾਨੂੰ ਬੇਨਤੀ ਕੀਤੀ ਕਿ ਅਗਲੇ ਮਹੀਨੇ ਮੇਰੀ ਭੈਣ ਦਾ ਵਿਆਹ ਹੈ ਤੇ ਤੁਸੀਂ ਮੇਰੀ ਭੈਣ ਦੇ ਵਿਆਹ ਤੇ ਜ਼ਰੂਰ ਆਉਣਾ ਤੇ ਇਹ ਗੱਲ ਬੋਲਣ ਤੋਂ ਬਾਅਦ ਉਸਨੇ ਇੱਕ ਕਾਗਜ਼ ਦਾ ਟੁਕੜਾ ਮੇਰੇ ਹੱਥਾਂ ਦੇ ਵਿੱਚ ਥਮਾ ਦਿੱਤਾ ਤੇ ਨਾਲ ਹੀ ਆਖਿਆ ਕਿ ਇਸ ਕਾਗਜ਼ ਦੇ ਉੱਤੇ ਮੇਰਾ ਐਡਰੈਸ ਲਿਖਿਆ ਹੋਇਆ ਹੈ ਜੇਕਰ ਤੁਸੀਂ ਮੇਰੀ ਭੈਣ ਦੇ ਵਿਆਹ ਤੇ ਆਵੋਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਸ ਤੋਂ ਬਾਅਦ ਥੋੜੀ ਹੋਰ ਦੂਰ ਉਹ ਨੌਜਵਾਨ ਸਾਡੇ ਨਾਲ-ਨਾਲ ਹੀ ਚੱਲਿਆ ਪਰ ਥੋੜੀ ਅੱਗੇ ਜਾ ਕੇ ਸੰਗਤ ਦੀ ਭੀੜ ਜ਼ਿਆਦਾ ਹੋ ਗਈ ਤੇ ਉਹ ਸਾਡੇ ਨਾਲੋਂ ਅਲੱਗ ਹੋ ਗਿਆ ਤੇ ਫਿਰ ਕਿਤੇ ਵੀ ਕਹੀ ਨਾ ਦਿੱਤਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਪੂਰੀ ਹੋਈ ਤੇ ਅਸੀਂ ਦੋਨੋਂ ਜੀ ਘਰ ਪਹੁੰਚ ਗਏ ਪਰ ਸਾਡੇ ਦਿਮਾਗ ਦੇ ਵਿੱਚ ਉਹ ਨੌਜਵਾਨ ਹਲੇ ਵੀ ਚੱਲ ਰਿਹਾ ਸੀ ਉਸ ਅਣਜਾਣ ਨੇ ਸਾਡੀ ਕਿੰਨੀ ਸੇਵਾ ਕੀਤੀ ਕੁਝ ਦਿਨ ਬੀਤਣ ਤੋਂ ਬਾਅਦ ਸਾਨੂੰ ਯਾਦ ਆਇਆ ਕਿ ਉਸ ਨੌਜਵਾਨ ਦੀ ਭੈਣ ਦਾ ਵਿਆਹ ਨੇੜੇ ਆ ਚੁੱਕਿਆ ਹੈ ਤੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਸੀਂ ਜਹਾਜ਼ ਦੀਆਂ ਟਿਕਟਾਂ ਕਰਵਾਈਆਂ ਤੇ ਦਿੱਤੇ ਹੋਏ ਐਡਰੈਸ ਦੇ ਅਨੁਸਾਰ ਅਸੀਂ ਉਸ ਲੜਕੇ ਦੇ ਘਰ ਪਹੁੰਚ ਗਏ ਜਿੱਥੇ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਘਰ ਪਹੁੰਚ ਕੇ ਤੇ ਸਾਨੂੰ ਉਸ ਨੌਜਵਾਨ ਦੇ ਪਿਤਾ ਮਿਲੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਅਸੀਂ ਉਸ ਨੌਜਵਾਨ ਦੇ ਪਿਤਾ ਦੇ ਨਾਲ ਹੇਮਕੁੰਟ ਸਾਹਿਬ ਵਾਲੀ ਸਾਰੀ ਘਟਨਾ ਸਾਂਝੀ ਕੀਤੀ ਕਿ ਕਿਵੇਂ ਪੂਰੀ ਯਾਤਰਾ ਦੇ ਵਿੱਚ ਉਹਨਾਂ ਦੇ ਲੜਕੇ ਨੇ ਸਾਡੀ ਸੇਵਾ ਕੀਤੀ ਤਾਂ ਸਾਡੀ ਸਾਰੀ ਗੱਲ ਨੂੰ ਸੁਣਨ ਤੋਂ ਬਾਅਦ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਹ ਭੂਬਾ ਮਾਰ-ਮਾਰ ਰੋਣ ਲੱਗ ਪਿਆ ਤੇ ਰੋਂਦੇ-ਰੋਂਦੇ ਸਾਨੂੰ ਕੁਝ ਅਜੀਹਾ ਦੱਸਿਆ ਜਿਸ ਨੂੰ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਪਿਤਾ ਨੇ ਕਿਹਾ ਕਿ ਤੁਸੀਂ ਜਿਹੜੇ ਮੇਰੇ ਪੁੱਤਰ ਦੀ ਗੱਲ ਕਰ ਰਹੇ ਹੋ ਉਹ ਅੱਜ ਤੋਂ 6 ਸਾਲ ਪਹਿਲਾਂ ਇੱਕ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ ਜਦੋਂ ਉਹ ਮਹਾਰਾਸ਼ਟਰ ਤੋਂ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਜਾ ਰਿਹਾ ਸੀ ਉਹ ਸ਼ਿਰੀ ਹਿਮਕੁੰਡ ਸਾਹਿਬ ਜੀ ਦਾ ਬੜਾ ਹੀ ਪੱਕਾ ਸ਼ਰਧਾਲੂ ਸੀ ਤੇ ਹਰ ਸਾਲ ਯਾਤਰਾ ਤੇ ਜਾਇਆ ਕਰਦਾ ਸੀ ਪਰ ਇੱਕ ਦਿਨ ਉਸ ਦੀ ਮੌਤ ਦਾ ਸੁਨੇਹਾ ਆ ਗਿਆ ਤੇ ਅਸੀਂ ਵੀ ਉਸ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਸਬਰ ਦਾ ਘੁੱਟ ਭਰ ਲਿਆ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਪੁੱਤਰ ਪਿਛਲੇ 6 ਸਾਲਾਂ ਤੋਂ ਸ਼੍ਰੀ ਹੇਮਕੁੰਡ ਸਾਹਿਬ ਜਾਣ ਵਾਲਿਆ ਸ਼ਰਧਾਲੂਆਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਸੋ ਸੰਗਤ ਜੀ ਸ਼੍ਰੀ ਹੇਮਕੁੰਡ ਸਾਹਿਬ ਜਾ ਕੇ ਕਈ ਸ਼ਰਧਾਲੂਆਂ ਦੀਆਂ ਮਨੋ ਕਾਮਨਾ ਪੂਰੀ ਹੋਈਆਂ ਹਨ ਅਤੇ ਕਈਆਂ ਨਾਲ ਚਮਤਕਾਰ ਵੀ ਹੋਏ ਹਨ ਸੋ ਸੰਗਤ ਜੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜਰੂਰ ਕਰੋ ਸਾਡੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਲੈਣਾ ਜਿਸ ਨਾਲ ਸਾਡੀ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬੁਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ